नमस्कार जी, यूपीआई न्यूज़ देख रहे दर्शकों को एक बार फिर मेरा सत श्रीकाल। अज असी पहुंचे हैं पिंड पट्टिया टाहा, जिला लुधियाना, लंबरदार सरदार गुरमेल सिंह जी देखो। सत श्रीकाल जी लंबरदार। सत श्रीकाल जी सरदार जी, तुसी लंबरदार कदों तो बने? मैं जी बने 24/4/2010 ਅਤੇ 6-7 ਸਾਲ ਮੇਰਾ ਕੇਸ ਚੱਲ ਰਿਹਾ ਜੀ, ਆਪਣੇ ਡੀ ਸੀ ਸਾਹਿਬ ਨੇ ਬਣਾਇਆ। ਅੱਛਾ, ਅੱਜ ਪਿੰਡ ਵਿੱਚ ਕਿਹੜੇ ਕਿਹੜੇ ਤੁਸੀਂ ਕੰਮ ਕਰਵਾਏ ਜਾਂ ਕੋਈ ਰਜਿਸਟਰੀਆਂ ਜਾਂ ਕੋਈ ਕੋਰਟ ਮੈਰਿਜ? ਹਾਂਜੀ, ਜਿਹੜੇ ਕੋਈ ਆਉਂਦਾ ਜੀ ਕੋਰਟ ਮੈਰਿਜ ਜਾਂ ਰਜਿਸਟਰੀਆਂ, ਮੈਂ ਕਿਸੇ ਤੋਂ ਪੈਸਾ ਨਹੀਂ ਲਿਆ ਜੀ। ਹਾਂਜੀ, ਮੈਂ ਨਾ ਆਪਣੀ ਸੇਵਾ ਕਰੀ ਹੋਈ ਆ, ਕਿਸੇ ਤੋਂ ਪੈਸਾ ਨਹੀਂ ਲਿਆ। ਪਿੰਡ ਦੇ ਕੰਮ ਅੱਗੇ ਵੱਧ ਚੜ੍ਹ ਕੇ ਕਰਾ ਰਹੇ? ਹਾਂਜੀ, ਪਿੰਡ ਦੇ ਜਿਹੜਾ ਕੋਈ ਕੰਮ ਹੁੰਦਾ ਵੱਧ ਚੜ੍ਹ ਕੇ ਅਸੀਂ ਕਰਾਉਂਦੇ ਹਾਂ। ਜੋ ਬੀਜੇਪੀ ਸਰਕਾਰ ਨੇ 3 ਕਾਲੇ ਕਾਨੂੰਨ ਲਾਗੂ ਕੀਤੇ ਆ ਕਿਸਾਨਾਂ ਪ੍ਰਤੀ, ਉਹਨਾਂ ਬਾਰੇ ਕੁਛ ਕਹਿਣਾ ਚਾਹੋਗੇ? ਇਹ ਜੀ ਬਹੁਤ ਜ਼ਿਮੀਦਾਰਾਂ ਵਾਸਤੇ ਘਾਤਕ ਆ ਇਹ ਆਪਣੇ, ਇਹਨਾਂ ਨੂੰ ਇਹ ਵਾਪਸ ਲੈਣੇ ਚਾਹੀਦੇ ਹਨ। ਇਹ ਸਾਰਿਆਂ ਵਾਸਤੇ ਹੀ ਮਾੜੇ ਆ ਕਾਲੇ ਕਾਨੂੰਨ, ਅਤੇ ਗੌਰਮੈਂਟ ਨੂੰ ਇਹ ਵਾਪਸ ਲੈਣੇ ਚਾਹੀਦੇ। ਇੱਕ ਜਿਹੜਾ ਮਾਣ ਭੱਤਾ ਸਰਕਾਰ ਤੁਹਾਨੂੰ ਦੇ ਰਹੀ ਆ ਲਗਭਗ 1500 ਤੋਂ ਲੈ ਕੇ 2000, ਅਤੇ ਹਰਿਆਣਾ ਸਰਕਾਰ ਦੇ ਮੁਕਾਬਲੇ ਬਹੁਤ ਘੱਟ ਹੈ, ਹਰਿਆਣਾ ਸਰਕਾਰ 3500 ਦੇ ਰਹੀ ਹੈ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹੀ ਕਹਿੰਦੇ ਜੀ ਸਰਕਾਰ ਨੂੰ ਵੀ ਉਸ ਹਰਿਆਣਾ ਦੀ ਤਰ੍ਹਾਂ ਸਾਨੂੰ ਵੀ 3500 ਰੁਪਈਆ ਭੱਤਾ ਦੇ ਰਹੇ, ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ। ਤਹਿਸੀਲ ਦੇ ਵਿੱਚ ਜਦੋਂ ਜਾਂਦੇ ਹੋ ਤੇ ਤੁਹਾਡੇ ਕੁਛ ਬਹਿਣ ਸਹਿਣ ਵਾਸਤੇ ਕੋਈ ਕੁਰਸੀ ਟੇਬਲ ਜਾਂ ਕੋਈ ਇੱਦਾਂ ਦਾ ਕੋਈ ਪ੍ਰਬੰਧ ਹੈ? ਨਹੀਂ, ਸਾਡੇ ਮੁੱਲਾਪੁਰ ਤਾਂ ਨਹੀਂ ਹੈ ਜੀ ਇਹਦੇ ਕੋਈ ਐਸਾ ਪ੍ਰਬੰਧ। ਵੈਸੇ ਸਾਡੀ ਮੰਗ ਆ ਜੀ ਇਹ ਵੀ ਸਾਨੂੰ ਗੌਰਮੈਂਟ ਬਣਾ ਕੇ ਦੇਵੇ, ਕਹਿੰਦਾ ਕਮਰਾ ਬੈਠਣ ਦੀ ਥਾਂ ਬਣਾ ਕੇ, ਸਾਡੀ ਇਹ ਸਰਕਾਰ ਤੋਂ ਮੰਗ ਹੈ। ਟੋਲ ਪਲਾਜ਼ਾ ਅਤੇ ਬੱਸ ਦਾ ਸਫ਼ਰ ਸਾਨੂੰ ਗੌਰਮੈਂਟ ਨੂੰ ਆਪਣੇ ਫ੍ਰੀ ਕਰਨਾ ਚਾਹੀਦਾ, ਅਤੇ ਸਾਡਾ ਜਿਹੜਾ ਮਾਣ ਭੱਤਾ ਉਹ ਵੀ ਵਧਾਵੇ ਸਰ। ਪਿੰਡ ਦੇ ਨੌਜਵਾਨ ਤਾਂ ਸਾਡੇ ਵਧੀਆ ਇੱਥੇ ਬਣਿਆ ਹੋਇਆ, ਆਪਣੇ ਜਾਲੀ ਸਾਹਿਬ ਨੇ ਸਾਡੇ ਬਣਾਇਆ ਵਾ, ਅਤੇ ਬਹੁਤ ਖੇਡਾਂ ਖੁੱਡਾਂ ਇੱਥੇ ਹੁੰਦੀਆਂ, ਅਸੀਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਾਂ ਵਿੱਚ, ਕਰਾਉਂਦੇ ਹਾਂ ਨੌਜਵਾਨਾਂ ਨੂੰ ਨਾਲ ਜੋੜਦੇ ਹਾਂ। ਜਿਵੇਂ ਅੱਜ ਕੱਲ੍ਹ ਨਸ਼ਾ ਬਹੁਤ ਵੱਧ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਨਸ਼ਾ ਤਾਂ ਜੀ ਹੁਣ ਇਹ ਗੌਰਮੈਂਟ ਨੂੰ ਚਾਹੀਦਾ ਵੀ ਇਹ ਬੰਦ ਕਰੇ, ਨਸ਼ੇ ਤਾਂ ਬਹੁਤ ਇਹ ਆਪਣੇ ਬੱਚੇ ਜਿਹੜੇ ਆ ਨਵੀਂ ਪੀੜ੍ਹੀ ਆ ਬਹੁਤ ਨਸ਼ਾ ਕਰਦੇ ਆ,